ਸਸ਼ਿਕਾ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸੀਆਰਪੀਸੀ ਦੇ ਵਿੱਚ ਕ੍ਰਿਮੀਨਲ ਪ੍ਰੋਸੀਜਰ ਕੋਡ ਦੇ ਵਿੱਚ ਚੈਪਟਰ 5 ਦੀ ਜਿਹੜਾ ਵੀ ਬੜਾ ਇੰਪੋਰਟੈਂਟ ਚੈਪਟਰ ਹੈ ਜਿਹਦੇ ਵਿੱਚ ਦੱਸਿਆ ਗਿਆ ਹੈਗਾ ਵੀ ਜਦੋਂ ਕਿਸੇ ਵਿਅਕਤੀ ਨੂੰ ਪੁਲਿਸ ਦੇ ਦੁਆਰਾ ਅਰੈਸਟ ਕੀਤਾ ਜਾਂਦਾ ਤਾਂ ਉਹਦੀਆਂ ਕੀ ਕੰਡੀਸ਼ਨਾਂ ਹੋਣੀਆਂ ਚਾਹੀਦੀਆਂ ਉਹਦੇ ਲਈ ਕੀ ਰਿਕੁਆਇਰਮੈਂਟ ਹੋਣੀ ਚਾਹੀਦੀ ਹੈ ਜਦੋਂ ਆਪਾਂ ਉਹ ਬੰਦੇ ਨੂੰ ਕਿਸੇ ਵੀ ਕ੍ਰਾਈਮ ਕਰਨ ਤੇ ਅਰੈਸਟ ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜਾ ਪੰਜਵਾਂ ਚੈਪਟਰ ਹੈ ਦੋਸਤੋ ਤੇ ਇਹ ਸਟਾਰਟ ਹੁੰਦਾ 41 ਸੈਕਸ਼ਨ ਤੋਂ 41 ਸੈਕਸ਼ਨ ਤੋਂ ਆਪਾਂ ਪਹਿਲਾਂ ਸ਼ੁਰੂ ਕਰਾਂਗੇ ਆਪਾਂ ਲੈਂਡਮਾਰਕ ਸਾਰੇ ਸੈਕਸ਼ਨ ਕਰਾਂਗੇ ਤੇ ਦੋਸਤੋ ਜਿੰਨੇ ਇੱਕ ਇੱਕ ਲਿਮਟਿਡ ਵੀਡੀਓ ਜੀ ਚ ਬਣਾ ਕਰਨਗੇ ਸੈਕਸ਼ਨ ਆਪਾਂ ਉਹਨੇ ਕਰ ਲਿਆ ਕਰਾਂਗੇ ਚੰਗੀ ਤਰ੍ਹਾਂ ਨਾਲ ਹਨਾ ਤੇ ਹੁਣ ਆਪਾਂ ਸਟਾਰਟ ਕਰਦੇ ਆਂ ਦੋਸਤੋ ਇਹਦੇ ਵਿੱਚ ਲਿਖਿਆ ਜਿਹੜਾ 41 ਸੈਕਸ਼ਨ ਹੈ ਸੀ ਆਰ ਪੀ ਸੀ ਚੈਪਟਰ 5 ਦੇ ਵਿੱਚ ਵੈਨ ਪੁਲਿਸ ਮੇ ਵੀ ਅਰੈਸਟ ਵਿਦਆਊਟ ਬਰੰਡ ਪੁਲਿਸ ਬਰੰਟ ਤੋਂ ਬਿਨਾ ਕਦੋਂ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕਰ ਸਕਦੀ ਹੈ ਦੋਸਤੋ ਠੀਕ ਹੈ ਇਹ 41 ਸੈਕਸ਼ਨ ਸੀ ਆਰ ਪੀ ਸੀ ਦੇ ਵਿੱਚ ਦੱਸਿਆ ਗਿਆ ਦੋਸਤੋ ਇਹਦੇ ਵਿੱਚ ਹੈ ਦੋਸਤੋ ਜਦੋਂ ਵੀ ਕੋਈ ਪੁਲਿਸ ਬਿਨਾ ਕਿਸੇ ਮੈਜਿਸਟ੍ਰੇਟ ਦੇ ਹੁਕਮ ਤੋਂ ਬਿਨਾ ਹਨਾ ਜਦੋਂ ਕਿਸੇ ਕੋਰਟ ਨੇ ਕਿਸੇ ਨੂੰ ਕੋਈ ਇਸੇ ਬੰਦੇ ਨੂੰ ਅਰੈਸਟ ਕਰਨ ਲਈ ਨਹੀਂ ਕਿਹਾ ਪਰ ਉਹਦੇ ਚ ਉਹਦੇ ਦੇ ਉਤੋਂ ਪਰਾਂ ਜਾ ਕੇ ਪੁਲਿਸ ਅਰੈਸਟ ਕਰਦੀ ਹੈ ਇਹ ਜਿਹੇ ਪਰਸਨ ਨੂੰ ਜਿਹੜੇ ਥੱਲੇ ਲਿਖੇ ਪਏ ਆ ਠੀਕ ਹੈ ਦੇ ਦੋਸਤੋ ਜਿਹੜੇ ਇਹਦੇ ਵਿੱਚ ਦੱਸੇ ਗਏ ਨੇ ਸਾਰੇ ਵੀ ਇਹਨਾਂ ਵਿਅਕਤੀਆਂ ਨੂੰ ਮੈਜਿਸਟ੍ਰੇਟ ਦੇ ਹੁਕਮ ਤੋਂ ਬਿਨਾਂ ਵੀ ਪੁਲਿਸ ਅਰੈਸਟ ਕਰ ਸਕਦੀ ਹੈ ਜਿਨ੍ਹਾਂ ਨੂੰ ਆਪਾਂ ਕਹਿੰਦੇ ਸਿੱਧਾ ਅਰੈਸਟ ਕਰ ਸਕਦੀ ਹੈ ਠੀਕ ਹੈ ਜੀ ਤਾਂ ਇਹਦੇ ਵਿੱਚ ਦੋਸਤੋ ਜਿਹੜਾ ਪਹਿਲਾ ਪਹਿਲਾ ਆ ਗਿਆ 41 ਦਾ A ਕਹਿੰਦੇ ਹੂ ਕਮਿਟਿੰਗ ਦਾ ਪ੍ਰੈਜ਼ੈਂਸ ਆਫ ਦਾ ਪ੍ਰੈਜ਼ੈਂਸ ਆਫ ਅ ਪੁਲਿਸ ਆਫੀਸਰ ਆ ਕਾਗਨੀਜੇਬਲ ਆਫੈਂਸ ਦੋਸਤੋ ਇਹਦੇ ਵਿੱਚ ਆ ਗਿਆ ਕਹਿੰਦੇ ਵੀ ਜਿਹੜਾ ਵਿਅਕਤੀ ਕੋਈ ਅਜਿਹਾ ਅਫੈਂਸ ਕਰਦਾ ਕੋਈ ਅਜਿਹਾ ਅਪਰਾਧ ਕਰਦਾ ਜਿਹੜਾ ਪੁਲਿਸ ਦੁਆਰਾ ਹੱਥ ਪਾਉਣ ਯੋਗ ਹੈ ਮਤਲਬ ਕਿ ਪੁਲਿਸ ਅਜਿਹੀ ਅਜਿਹੇ ਵਿਅਕਤੀ ਨੂੰ ਅਰੈਸਟ ਕਰ ਸਕਦੀ ਹੈ ਜਿਹੜਾ ਅਜਿਹਾ ਕੋਈ ਕਰਾਇਮ ਕਰ ਸਕਦਾ ਠੀਕ ਹੈ ਜੀ ਉਹਨੂੰ ਅਰੈਸਟ ਕਰ ਸਕਦੀ ਹੈ ਜਿਹੜਾ ਕੋਈ ਉਹਦੀ ਪ੍ਰੈਜ਼ੈਂਸ ਚ ਕਰਾਇਮ ਹੋਊਗਾ ਠੀਕ ਹੈ ਜਿਵੇਂ ਮੰਨ ਲਓ ਕੋਈ ਵੀ ਜਿਹੜਾ ਸਟੇਟ ਦੇ ਵਿਰੁੱਧ ਕਰਾਇਮ ਹੋ ਗਿਆ ਤਾਂ ਉਹਨੂੰ ਉਹ ਕਾਗਨੀਜੇਬਲ ਅਫੈਂਸ ਹੁੰਦੇ ਆ ਜਿਨ੍ਹਾਂ ਨੂੰ ਪੁਲਿਸ ਅਰੈਸਟ ਕਰ ਸਕਦੀ ਹੈ ਪੁਲਿਸ ਦੁਆਰਾ ਹੱਥ ਪਾਉਣ ਯੋਗ ਹੁੰਦੇ ਆ ਉਹਨਾਂ ਤੇ ਪੁਲਿਸ ਆਪ ਦਾ ਐਕਸ਼ਨ ਲੈ ਸਕਦੀ ਆ ਭਾਵੇਂ ਕਹਿ ਸਕਦੇ ਠੀਕ ਹੈ ਜੀ ਫਿਰ ਉਸ ਤੋਂ ਅੱਗੇ ਆ ਗਿਆ ਦੋਸਤੋ ਅਗਲਾ 41 ਦਾ ਬੀ ਠੀਕ ਹੈ ਜੀ ਅਗੇਨ ਸੂਮ ਰੀਜ਼ਨਰ ਕੰਪਲੇਨਟ ਦੋਸਤੋ ਜਿਹਦੇ ਜਦੋਂ ਕਿਸੇ ਵਿਅਕਤੀ ਖਿਲਾਫ ਕੋਈ ਕੰਪਲੇਂਟ ਆ ਜਾਂਦੀ ਹੈ ਹਨ ਤੇ ਪੁਲਿਸ ਨੂੰ ਲੱਗੇ ਬੀ ਇਹ ਕੰਪਲੇਂਟ ਸੱਚੀ ਹੈ ਭਰੋਸੇਯੋਗ ਹੈ ਤੇ ਆਪਾਂ ਨੂੰ ਇੱਥੇ ਕੋਈ ਕਾਰਜ ਕਰਨਾ ਚਾਹੀਦਾ ਕਿਉਂਕਿ ਅਜਿਹਾ ਕੋਈ ਕ੍ਰਾਈਮ ਹੋਇਆ ਜਿਹੜੇ ਵਿਅਕਤੀ ਖਿਲਾਫ ਸ਼ਿਕਾਇਤ ਹੈ ਉਹਨੇ ਕੋਈ ਅਜਿਹਾ ਕ੍ਰਾਈਮ ਕੀਤਾਗਾ ਜਿਹੜਾ ਪੁਲਿਸ ਦੁਆਰਾ ਹੱਥ ਪਾਉਣ ਜਾਇਓਗਾ ਮਤਲਬ ਕਿ ਕਿਸੇ ਬੰਦੇ ਨੇ ਕੰਪਲੇਂਟ ਕੀਤੀ ਵੀ ਉਹਨੇ ਕਿਸੇ ਦੇ ਜੀ ਗੰਡਾਸਾ ਮਾਰਿਆ ਜਾਂ ਕਿਸੇ ਨਾਲ ਕੋਈ ਲੜਾਈ ਕਰ ਲਈ ਜਿਹਦੇ ਵਿੱਚ ਉਹਦੇ 6 ਫੀਟ ਵੱਜੀ ਹੈ ਤਾਂ ਉਹ ਆਫੈਂਸ ਪੁਲਿਸ ਦੁਆਰਾ ਹੱਥ ਪਾਉਣ ਜੋਗਾ ਹੈ ਪੁਲਿਸ ਉਹ ਬੰਦੇ ਨੂੰ ਜਾ ਕੇ ਸਿੱਧਾ ਅਰੈਸਟ ਕਰ ਸਕਦੀ ਹੈ ਠੀਕ ਹੈ ਜੀ ਉਹ ਤੋਂ ਸਵਾਲ ਜਵਾਬ ਪੁੱਛ ਸਕਦੀ ਹੈ ਉਹਨੂੰ ਥਾਣੇ ਲਿਆ ਸਕਦੀ ਹੈ ਤਾਂ ਉਹ ਕਾਗਨੀਜੇਬਲ ਅਫੈਂਸ ਹੋਗੀ ਤਾਂ ਜਦੋਂ ਉਹਦੀ ਕੋਈ ਸ਼ਿਕਾਇਤ ਜਾ ਕੇ ਕਰਦਾ ਤਾਂ ਪੁਲਿਸ ਜਾਊਗੀ ਉਹਨੂੰ ਅਰੈਸਟ ਕਰੂਗੀ ਤਾਂ ਅਜਿਹੇ ਮਸਲੇ ਵਿੱਚ ਜਦੋਂ ਉਹਨਾਂ ਨੂੰ ਸ਼ਿਕਾਇਤ ਪ੍ਰਾਪਤ ਹੋਊ ਤਾਂ ਉਹ ਉੱਥੇ ਜਾਣਗੇ ਉਹਨੂੰ ਅਰੈਸਟ ਕਰਨਗੇ ਠੀਕ ਹੈ ਜੀ ਇਹਨੂੰ ਕਾਗਨੀਜੇਬਲ ਅਫੈਂਸ ਪੁਲਿਸ ਦੁਆਰਾ ਕਿਹਾ ਜਾਊਗਾ ਠੀਕ ਹੈ ਤੇ ਇਹਾ ਕੋਈ ਅਫੈਂਸ ਜਾਂ ਉਹਨਾਂ ਨੇ ਕਿਹਾ ਵੀ ਜੀਤੇ ਚ 7 ਸਾਲ ਦੀ ਸਜ਼ਾ ਹੋਵੇ ਜਾਂ 7 ਸਾਲ ਤੋਂ ਘੱਟ ਘੱਟ ਦਾ ਕੋਈ ਕ੍ਰਾਈਮ ਹੋਵੇ ਇਹ ਵਿੱਚ ਵੀ ਉਹਨਾਂ ਨੂੰ ਅਰੈਸਟ ਕੀਤਾ ਜਾ ਸਕਦਾ ਸੇਮ ਪ੍ਰੋਸੈਸ ਮੀ ਵੀ ਐਕਸਟੈਂਡ ਟੂ ਸੇਮ ਵੈਦਰ ਵਿਦਔਰ ਵਿਦਾਊਟ ਦੀ ਫਾਈਨ ਦੀ ਫਾਲਮਿੰਗ ਕੰਡੀਸ਼ਨ ਆਰ ਉਹਨਾਂ ਨੇ ਕੁਝ ਕੰਡੀਸ਼ਨਾਂ ਦੱਸੀਆਂ ਗਈਆਂ ਦੋਸਤੋ ਜਿਵੇਂ ਜਿਵੇਂ ਕਿ ਕਿਸੇ ਵਿਅਕਤੀ ਨੂੰ ਕਿਸੇ ਅਫੈਂਸ ਕਰਨ ਤੋਂ ਰੋਕਣਾ ਠੀਕ ਹੈ ਜੀ ਵੀ ਉਹ ਕਿਸੇ ਮੈ ਅਫੈਂਸ ਨੂੰ ਕਰ ਸਕਦਾ ਜਾਂ ਫਿਰ ਆ ਪ੍ਰੋਪਰ ਇਨਵੈਸਟੀਗੇਸ਼ਨ ਆਫ ਅਫੈਂਸ ਕਿਸੇ ਅਪਰਾਧ ਦੀ ਜਾਂਚ ਕਰਨ ਲਈ ਵੀ ਉਹਨੂੰ ਅਰੈਸਟ ਕੀਤਾ ਜਾ ਸਕਦਾ ਠੀਕ ਹੈ ਜੀ ਤੇ ਜੇ ਹੰਪਲ ਸਮਝੀਏ ਵੀ ਇਹਨੂੰ ਇਹ ਬੰਦਾ ਚਾਹੀਦਾ ਲੋੜੀਂਦਾ ਹੈ ਕਿਸੇ ਅਪਰਾਧ ਦੇ ਵਿੱਚ ਅਰੇਸਟ ਕਰਨਾ ਜ਼ਰੂਰੀ ਹੈ ਇਹਨੂੰ ਪੁੱਛ ਕੇ ਚਲੇ ਤਾਂ ਵੀ ਉਹਨੂੰ ਅਰੇਸਟ ਕੀਤਾ ਜਾ ਸਕਦਾ ਦੋਸਤੋ ਫਿਰ ਆ ਜਾਂਦਾ ਉਹਦੋਂ ਬਾਅਦ ਸ਼ਹਾਦਤ ਜਦੋਂ ਵੀ ਕੋਈ ਸ਼ਹਾਦਤ ਦਾ ਹੀ ਖਤਰਾ ਹੋਵੇ ਐਵੀਡੈਂਸ ਦੇ ਵਿੱਚ ਵੀ ਇਹ ਕਿਸੇ ਐਵੀਡੈਂਸ ਨੂੰ ਹਨਾ ਉਹਦੇ ਨਾਲ ਸ਼ੇਅਰ ਸ਼ਾਰਟ ਕਰ ਸਕਦਾ ਕਿਸੇ ਨੂੰ ਡਰਾ ਧਮਕਾ ਸਕਦਾ ਤਾਂ ਵੀ ਪੁਲਿਸ ਉਹਨੂੰ ਅਰੇਸਟ ਕਰ ਸਕਦੀ ਹੈ ਜੀ ਚ ਉਹਨਾਂ ਨੂੰ ਲੱਗੇ ਵੀ ਇਹ ਕਿਸੇ ਨੂੰ ਡਰਾ ਧਮਕਾ ਸਕਦਾ ਹਨਾ ਜੀ ਤੇ ਜਿਹਦੇ ਕਰਕੇ ਗੇਸ 'ਚ ਕੋਈ ਨੁਕਸਾਨ ਹੋ ਸਕਦਾ ਤਾਂ ਉਹਨੂੰ ਅਰੈਸਟ ਕੀਤਾ ਜਾ ਸਕਦਾ ਜਾਂ ਕੋਈ ਵਿਅਕਤੀ ਜਿਹੜਾ ਰਾ ਸਰਕਾਰ ਦੇ ਦੁਆਰਾ ਸਟੇਟ ਗਵਰਨਮੈਂਟ ਦੇ ਦੁਆਰਾ ਅਪਰਾਧੀ ਘੋਸ਼ਿਤ ਕਰ ਦਿੱਤਾ ਗਿਆ ਹੋਵੇ ਕਿਸੇ ਮਸਲੇ ਦੇ ਵਿੱਚ ਹਨਾ ਉਸਨੂੰ ਅਰੈਸਟ ਕੀਤਾ ਜਾ ਸਕਦਾ ਦੋਸਤੋ ਜਾਂ ਫਿਰ ਉਸ ਤੋਂ ਅੱਗੇ ਆ ਗਿਆ ਦੋਸਤੋ ਹੂਜ਼ ਪੋਜੀਸ਼ਨ ਐਨੀਥਿੰਗ ਫਾਊਂਡ ਵਿਦ ਜਾਂ ਜਿੱਥੇ ਲੱਗਦਾ ਵੀ ਕਿਸੇ ਕੋਈ ਵਸਤੂ ਕਿਸੇ ਦੇ ਕੱਪੜੇ ਵਿੱਚ ਹੈ ਜਿਹੜੀ ਚੋਰੀ ਕੀਤੀ ਗਈ ਹੈ ਚੋਰੀ ਕੀਤੀ ਹੋ ਸਕਦੀ ਹੈ ਜੀ ਨੇ ਸਸਪੈਕ ਜਦੋਂ ਉਹਨੂੰ ਸ਼ੱਕ ਹੋਵੇ ਕਿਸੇ ਚੋਰੀ ਕੀਤੀ ਵਸਤੂ ਦਾ ਵੀ ਉਹ ਇਸ ਬੰਦੇ ਦੇ ਕੱਪੜੇ ਵਿੱਚ ਹੋ ਸਕਦੀ ਹੈ ਤਾਂ ਵੀ ਉਹਨੂੰ ਅਰੈਸਟ ਕੀਤਾ ਜਾ ਸਕਦਾ ਉਸ ਤੋਂ ਅਗਲਾ ਜਾਂ ਕਿਸੇ ਪੁਲਿਸ ਅਫਸਰ ਨੂੰ ਕੋਈ ਵਿਗੜਨ ਪਾਉਂਦਾ ਹਨਾ ਕਿਸੇ ਕੰਮ ਦੇ ਵਿੱਚ ਜਾਂ ਉੱਥੋਂ ਭੱਜਾ ਨਿਕਲਣ ਦੀ ਕੋਸ਼ਿਸ਼ ਕਰਦਾ ਤਾਂ ਵੀ ਉਹਨੂੰ ਅਰੈਸਟ ਕੀਤਾ ਜਾ ਸਕਦਾ ਹੈ ਨਾ ਪੜੇ ਜਾਂਦਾ ਹੈ ਜਾਂ ਕੋਈ ਕਿਸੇ ਆਰਮਡ ਫੋਰਸ ਜਾਂ ਹੋਰ ਤੋਂ ਹਨ ਕਿਸੇ ਵੀ ਫੋਰਸ ਦੇ ਵਿੱਚੋਂ ਭਗੋੜਾ ਕਰਾਰ ਦਿੱਤਾ ਗਿਆ ਉਹਨੂੰ ਅਰੈਸਟ ਕਰ ਸਕਦਾ ਹੈ ਜਿਹੜੀ ਸੈਂਟਰ ਦੀ ਹੋਵੇ ਜਾਂ ਕਿਵੇਂ ਵੀ ਜਾਂ ਕਿਸੇ ਵਿਅਕਤੀ ਨੇ ਕੋਈ ਅਜਿਹਾ अपराध ਕੀਤਾ ਜਿਹੜਾ ਭਾਰਤ ਤੋਂ ਬਾਹਰ ਕੀਤਾ ਹੈ ਪਰ ਭਾਰਤ ਦੇ ਮੁਤਾਬਕ ਉਹ ਜਿਹੜਾ क्राइम ਹੈ ਹਨ ਉਹੋ क्राइम ਸਜ਼ਾ ਜਾਪਤਾ ਤਾਂ ਉਹਨੂੰ ਵੀ ਅਰੈਸਟ ਕੀਤਾ ਜਾ ਸਕਦਾ ਦੋਸਤੋ ਜਾਂ ਜਦੋਂ ਕਿਸੇ ਵਿਅਕਤੀ ਨੂੰ ਕੋਈ ਵਿਅਕਤੀ ਨੂੰ ਨਹੀਂ મતલਬ ਅਫੀਸਰ ਨੂੰ ਕੋਈ ਵੱਡਾ ਅਧਿਕਾਰੀ ਕਹਿੰਦਾ ਵੀ ਇਸ ਵਿਅਕਤੀ ਨੂੰ ਗ੍ਰਿਫਤਾਰ ਕਰਨਾ ਕਿਸੇ ਕਾਰਨ ਤਾਂ ਉਹ ਵਿਅਕਤੀ ਨੂੰ ਅਰੈਸਟ ਅਰੈਸਟ ਕਰ ਸਕਦਾ ਦੋਸਤੋ ਮੇਨ ਇਹਦੇ ਵਿੱਚ ਕਲਮ ਲਾ ਕੇ ਆਪਾਂ 41 ਸੈਕਸ਼ਨ ਦੇ ਵਿੱਚ ਇਹ ਕਹਿ ਸਕਦੇ ਹਾਂ ਵੀ ਪੁਲਿਸ ਮੁਲਾਜ਼ਮ ਕਿਸੇ ਇਹ ਵਿਅਕਤੀ ਨੂੰ ਬਿਨਾ ਬਰੰਟ ਤੋਂ ਅਰੈਸਟ ਕਰ ਸਕਦਾ ਜਿਨੇ ਕੋਈ ਅਪਰਾਧ ਅਜਾਇਹਾ ਕੀਤਾ ਹੈ ਜੋ ਸਟੇਟ ਦੇ ਨਿਯਮਾਂ ਦੇ ਖਿਲਾਫ ਹੈ ਜਿਹੜੇ ਵਿਅਕਤੀ ਦੀ ਕੋਈ ਕਿਸੇ ਐਵੀਡੈਂਸ ਦੇ ਲਈ ਜਾਂ ਕਿਸੇ ਜਾਂਚ ਲਈ ਕਿਸੇ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਚਾਹੀਦਾ ਚਾਹੀਦਾ ਹੈ ਤਾਂ ਉਹਨੂੰ ਅਰੈਸਟ ਕੀਤਾ ਜਾ ਸਕਦਾ ਹੈ ਪੁਲਿਸ ਦੇ ਦੁਆਰਾ ਵਿਦਆਊਟ ਮੈਜਿਸਟਰੇਟ ਦੀ ਪਰਮਿਸ਼ਨ ਤੋਂ ਜਦੋਂ ਉਹਨਾਂ ਨੂੰ ਲੱਗਦਾ ਹੈ ਇਹ ਪੁਲਿਸ ਦੁਆਰਾ ਹੱਥਯੋਗ ਕੋਈ ਹੱਥ ਪਾਉਣ ਜੋ ਕੋਈ ਅਪਰਾਧ ਇਹਦੇ ਦੁਆਰਾ ਕੀਤਾ ਗਿਆ ਤਾਂ ਉਸ ਵਿਅਕਤੀ ਨੂੰ ਅਰੈਸਟ ਕੀਤਾ ਜਾ ਸਕਦਾ ਹੈ ਦੋਸਤੋ ਤਾਂ ਆਪਾਂ ਹੁਣ ਇਹ 41 ਸੈਕਸ਼ਨ ਆਪਣਾ ਪੂਰਾ ਹੋ ਗਿਆ ਅੱਗੇ ਆਪਾਂ ਨੈਕਸਟ ਵੀਡੀਓ ਚ ਕਰਾਂਗੇ ਦੋਸਤੋ ਧੰਨਵਾਦ